ਸਾਨੂੰ ਪਿਆਰਪਰ ਸਸਤੀ ਕਾ ਦੋਸਤੋ ਗੱਲ ਕਰਨ ਜਾ ਰਹੇ ਨਸੀਬ ਦੇ ਨਾਲ ਹੀ ਦੋਸਤੋ ਗੱਲ ਹੋਏਗੀ ਅਮਨ ਆਇਲ ਹੈ ਤੁਹਾਨੂੰ ਦੱਸਣ ਦੋਸਤੋ ਅਮਨ ਆਇਲ ਹੈ ਕਿ YouTube ਪਰ ਨੇ ਜਿ ਸਿੱਧੂ ਮੂਸੇਵਾਲੇ ਦੇ ਬਹੁਤ ਤਗੜੇ ਫੈਨ ਨੇ ਸਾਨੂੰ ਇਹ ਪਤਾ ਹੈਗਾ ਦੋਸਤੋ ਨਸੀਬ ਇੱਕ ਰੈਪਰ ਨੇ ਤੇ ਕਈ ਪੰਜਾਬੀ ਰੈਪ ਕੀਤੇ ਨੇ ਉਹਨਾਂ ਨੇ ਤੇ ਸਿੱਧੂ ਮੂਸੇਵਾਲੇ ਨਾਲ ਵੀ ਕੰਮ ਕਰ ਚੁੱਕੇ ਨੇ ਆਪਨੇ ਰੀਸੈਂਟ ਇੰਟਰਵਿਊ ਕਰਕੇ ਨਸੀਬ ਦੀ ਥੋੜੀ ਮੁਸ਼ਕਲਾ ਜਿਹੜੀ ਹੈਗੀ ਹੈ ਨਾ ਉਹ ਵੱਧ ਚੁੱਕੀਆਂ ਨੇ ਤੁਹਾਨੂੰ ਦੱਸਣ ਦੋਸਤੋ ਕਿ ਨਸੀਬ ਨੇ ਆਪਣੇ ਰੀਸੈਂਟ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲੇ ਬਾਰੇ ਗੱਲ ਕੀਤੀ ਤੇ ਸਿੱਧੂ ਮੂਸ ਤੋ ਨਸੀਬ ਨੇ ਕਿਹਾ ਕਿ ਜੋ ਸਾਡੀ ਕੌਂਟਰੋਵਰਸੀ ਹੋਈ ਸੀ ਤੇ ਮੈਂ ਸਿੱਧੂ ਮੂਸੇਵਾਲਾ ਦਾ ਫੋਨ ਚੱਕਰਾ ਬਾਦ ਕਾਦਾ ਸੀ ਐਵੇਂ ਦੇਖਾਈ ਉਹਨਾਂ ਨੇ ਗੱਲਾਂ ਕੀਤੀਆਂ ਜਿਨ੍ਹਾਂ ਵਿੱਚ ਕੋਈ ਵੀ ਤਕ ਨਹੀਂ ਬੰਦੀ ਪਈ ਸੀ ਸਿੱਧੂ ਮੂਸੇਵਾਲਾ ਦੇ ਫੈਸਲੇ ਇੱਕ ਗੱਲ ਕਾਫੀ ਦਾ ਮਾੜੀ ਲੱਗੀ ਕਿਉਂਕਿ ਸਿੱਧੂ ਮੂਸੇਵਾਲਾ ਆਪਣੇ ਵਿੱਚ ਹੈ ਨਹੀਂ ਇਸੇ ਕਰਕੇ ਹੁਣ ਗੱਲ ਨੂੰ ਕਲੀਅਰ ਕਰਨਾ ਨਦਾਨੀ ਹੋਵੇਗੀ ਇਸੇ ਗੱਲ ਦੇ ਉੱਪਰ ਅਮਨ ਓਇਲ ਨੂੰ ਗੁੱਸਾ ਆਇਆ ਉਹਨਾਂ ਨੇ ਨਸੀਬ ਨੂੰ ਉਹਨਾਂ ਦੇ ਅਕਾਊਂਟ ਦੇ ਉੱਪਰ ਮੈਸੇਜ ਕੀਤਾ ਇਸ ਤੋਂ ਬਾਅਦ ਨਸੀਬ ਨੇ ਅਮਨ ਓਇਲ ਨੂੰ ਰਿਪਲਾਈ ਕੀਤਾ ਉਹਨਾਂ ਨੇ ਇੱਕ ਦੂਜੇ ਨੂੰ ਕੀ-ਕਿਆ ਆਉਤੋਂ ਸੁਣਾਉਣਾ ਦੈਨੂ ਪਤਾ ਵੀ ਹੁਣ ਅੱਗੋ ਜਵਾਬ ਤਾਂ ਆਉਣਾ ਨਹੀਂ ਹੈਗਾ ਬਾਈ ਦਾ ਸ਼ਰੀਰ ਹੈ ਨਹੀਂ ਇੱਥੇ ਤਾਂ ਫਾਇਦਾ ਨਾ ਚੱਕੋ ਇਸ ਚੀਜ਼ ਦਾ ਜਵਾਬ ਦੇਣ ਲਈ ਅਸੀਂ ਬੈਠੇ ਆ ਸਿੱਧੂ ਨੇ ਸਾਨੂੰ ਬਹੁਤ ਦਿੱਤਾ ਵਾ ਠੀਕ ਤੇ ਦੂਜਾ ਗਰਜੀਸ ਛੱਡ ਦੇਣੇ ਚਾਹੀਦੇ ਆ ਬੰਦੇ ਨੂੰ ਬੰਦੇ ਨੂੰ ਮੰਨ ਲੈਣਾ ਚਾਹੀਦਾ ਕਰਨ ਔਇਲਾ ਦੀ ਐਲਬਮ ਵਰਨਰ 뮤직 ਦੇ ਲੇਬਲ ਤੇ ਰਿਲੀਜ਼ ਕੀਤੀ ਜਾਏਗੀ ਵਰਨਰ 뮤직 ਜਿਹੜੀ ਹੈਗੀ ਹੈ ਇੰਟਰਨੈਸ਼ਨਲ 뮤직 ਕੰਪਨੀ ਐ ਤੇ ਫਿਲਮ ਕੰਪਨੀ ਐ ਹੁਣ ਕਰਨ ਔਇਲਾ ਉਹਦੇ ਨਾਲ ਸਾਈਨ ਅਪ ਹੋ ਚੁੱਕੇ ਨੇ ਆਪਣੀ ਨੈਕਸਟ ਐਲਬਮ ਦੇ ਲਈ ਚੈਨਲ ਨੂੰ ਦੋਸਤ ਸਬਸਕ੍ਰਾਈਬ ਕਰ ਲਿਓ ਉੱਪਰ ਤੋਂ ਹੋਰ ਵੱਡੀਆਂ ਅਪਡੇਟਸ ਦਵਾਂਗੇ ਮਿਲਦੇ ਆ ਦੋਸਤੋ ਹੋਰ ਵੀਡੀਓਸ ਨਾਲ ਧੰਨਵਾਦ